ਸੋ ਮੈਂ ਜੋ ਸਾਈਡ ਦੇਣ ਲੱਗਿਆ ਤੇ ਮੇਰੀ ਕਾਰ ਥੱਲੇ ਉਤਰ ਗਈ ਇਦਾਂ ਤੇ ਆ ਚੱਲ ਰਿਹਾ ਤੇ ਉਹ ਭਾਜੀ ਨੇ ਮੈਨੂੰ ਪਛਾਣ ਲਿਆ ਵਾ ਉਹਨਾਂ ਨੇ ਬਿੱਟੂ ਦਗਾਲ ਦੀ ਕਿਤਾਬ ਪੜ੍ਹੀ ਸੀ ਬਾਈ ਦੀ ਤੇ ਉਹਨਾਂ ਨੇ ਮੂੰਹ ਲੇਟਿਆ ਜਦੋਂ ਮੈਂ ਥੱਲੇ ਕੀਤਾ ਤਾਂ ਉਹਨਾਂ ਨੇ ਆ ਗਿਆ ਅਤੇ ਭਾਜੀ ਘੋੜੀਆਂ ਕਰਦੇ ਨੇ ਅਤੇ ਉਹਨਾਂ ਨੇ ਟਰੈਕਟਰ ਉਹਨਾਂ ਦੇ ਦੋਸਤ ਟਰੈਕਟਰ ਲੈ ਕੇ ਆਏ ਆ ਤੁਹਾਡਾ ਨਾਂ ਕੀ ਹੈ ਜੀ ਮੇਰਾ ਨਾਮ ਦਵਿੰਦਰ ਸਿੰਘ ਦਵਿੰਦਰ ਸਿੰਘ ਮੇਰਾ ਯੋਗਦਾਨ ਪਾ ਰਹੇ ਟਰੈਕਟਰ ਲੈ ਕੇ ਆਏ ਨੇ ਭਾਜੀ ਇਹਦੇ ਸਾਰੇ ਅਤੇ ਮੋਤਾ ਸਿੰਘ ਅਤੇ ਦਵਿੰਦਰ ਸਿੰਘ ਆਪਣੇ ਭਰਾ ਹੈ ਹਾਂਜੀ ਹਾਂਜੀ ਅਸੀਂ ਜਦੋਂ ਬਲੌਗ ਬਣਾਉਣਾ ਇੰਨੇ ਰਿਸਕ ਹੁੰਦੇ ਜੀ ਡਾਕਟਰ ਗੁਰਜੀਤ ਸਿੰਘ ਸੰਧੂ ਜੱਗੋ ਵਾਲ ਕੇ ਦੇ ਪਿੰਡ ਤੋਂ ਤੁਸੀਂ ਹਲਕੋਂ ਪਿੰਡ ਅੱਛਾ ਅੱਛਾ ਇਹ ਮੂਦੀ ਤਾਂ ਨਹੀਂ ਵੱਜਦੀ ਆਪਣੀ ਨਹੀਂ ਵੱਜਦੀ ਮੂਦੀ ਸਿੱਧੀ ਕਰ ਲਾਂਗੇ ਹਾਂ ਸਾਰੇ ਤਾਂ ਗੱਡੀ ਦਾ ਗੱਡੀ ਨਿਊਟਰਲ ਹੈ ਨਾ ਹਾਂਜੀ ਮਤਲਬ ਨਿਊਟਰਲ ਹੀ ਹੋਣੀ ਹੈ ਤੁਸੀਂ ਫਿਰ ਕਿਵੇਂ ਪਛਾਣਿਆ ਜੀ ਮੈਂ ਤੁਹਾਡੀ ਬਿੱਟੂ ਦਗਾਲ ਦੀ ਤੇ ਦਰਜੀਤ ਦੀ ਕਿਤਾਬ ਪੜ੍ਹੀ ਹੈ ਤੁਹਾਨੂੰ ਵੇਖਦਾ ਰਹਿੰਦਾ ਤੁਸੀਂ ਸ਼ੌਂਕ ਰੱਖਦੇ ਜੇ ਘਰੇ ਹੀ ਗਏ ਸੀ ਹਾਂਜੀ ਹਾਂਜੀ ਸ਼ੌਂਕ ਰੱਖਦੇ ਆਪਾਂ ਕਬੱਡੀ ਦਾ ਗੇਮਾਂ ਦਾ ਵੀ ਸ਼ੌਂਕ ਰੱਖਦੇ ਹਾਂ ਘੋੜਿਆਂ ਘੜਾਂ ਦਾ ਸ਼ੌਂਕ ਆਪਾਂ ਮੈਂ ਫਾਰਮਾਂ ਕਰਾਂ ਉਧਰੋਂ ਤੁਹਾਡੇ ਬਹੁਤ ਜਾਨਵਰ ਲਿਆਉਂਦਾ ਰਿਹਾ ਮੈਂ ਪਹਿਲਾਂ ਵਪਾਰ ਕਰਦਾ ਰਿਹਾ ਅੱਛਾ ਜੀ ਹਾਂ ਤੇ ਮੈਂ ਪਛਾਣ ਲਿਆ ਤੁਹਾਨੂੰ ਮੈਂ ਨਾਲੇ ਕੋਈ ਵੀ ਮੁਸੀਬਤ ਵਿੱਚ ਹੋਵੇ ਭਾਵੇਂ ਜਿਹੜਾ ਬੰਦਾ ਮਰਜ਼ੀ ਆਪਾਂ ਦੀ ਹੈਲਪ ਕਰਦੇ ਕੋਲ ਜਾਂ ਇੱਥੇ ਹੁਣ ਜਿੱਦਾਂ ਬਾਰਿਸ਼ ਹੋ ਰਹੀ ਹੈ ਤੁਹਾਨੂੰ ਬਾਰਿਸ਼ ਵੀ ਨਹੀਂ ਇੱਧਰ ਤੁਹਾਡੇ ਬਾਅਦ ਔਖਾ ਕੰਮ ਸੀ ਪਰਲੇ ਪਾਸੇ ਜਾ ਬਾਈ ਬਣ ਕੇ ਸੋ ਭਰਾ ਮੇਰੀ ਹੈਲਪ ਕਰ ਰਹੇ ਆ ਔਰ ਇਹ ਕਾਰ ਨਿਕਲ ਰਹੀ ਹੈ ਔਰ ਗਈ ਬੈਠ ਗੇਰ 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 ਕੱਢ ਲਓ ਭਾਜੀ ਬੜੀ ਮਿਹਰਬਾਨੀ ਤੁਸੀਂ ਮੇਰਾ ਕਾਰਵਾਈ ਪਾਤੀ ਤੁਸੀਂ ਅੱਜ ਉਹ ਪਹਿਲਾਂ ਨਾ ਦੋ ਮੁੰਡੇ ਆਏ ਤੇ ਮੈਨੂੰ ਊਂ ਨਿਕਲ ਗਏ ਔਰ ਜਦੋਂ ਮੈਨੂੰ ਫਿਰ ਮੇਰੇ ਮਨ 'ਚ ਬੜਾ ਆਇਆ ਵੀ ਮੈਂ ਇਸ ਗੇ 'ਚ ਆਇਆ ਹਨਾ ਤੇ ਯਾਰ ਕਿੱਦਾਂ ਦੇ ਰੁੱਖੇ ਬੰਦੇ ਆ ਹਨਾ ਇੱਕ ਕਬੱਡੀ ਵਾਲੇ ਹੋਏ ਘੋੜੀਆਂ ਘੋੜਿਆਂ ਵਾਲੇ ਇਹਨਾਂ ਦੀ ਦੁਨੀਆ ਵੱਖਰੀ ਰਿਸ਼ਤੇਦਾਰਾਂ ਨਾਲ ਜ਼ਿਆਦਾ ਹੀ ਆ ਹੁਣ ਦੂਜੇ ਪਾਸੇ ਨਾ ਨਿਕਲ ਜੇ ਆਪਣੀ ਰਿਸ਼ਤੇਦਾਰਾਂ ਨਾਲੋਂ ਨਾ ਜ਼ਿਆਦਾ ਸਾਡਾ ਇੱਕ ਦੂਜੇ ਦਾ ਮੋਹ ਪਿਆਰ ਬਣ ਜਾਂਦਾ ਬੜੀ ਮਿਹਰਬਾਨੀ ਜੀ ਭਾਜੀ ਨੇ ਜਾਣਾ ਬਸ ਆ ਸਭ ਤੋਂ ਵੱਡੀ ਸੇਵਾ ਹੋ ਗਈ ਦੁਨੀਆ ਦੀ ਹਾਂਜੀ ਥੈਂਕ ਯੂ ਮੱਖੀ ਦੇ ਰਹੀ ਨੇ ਪਿੰਡ ਜੱਗੇ ਵਾਲ ਕੋਲ ਧੰਨਵਾਦੀ ਜੱਗੇ ਦੇ ਪਿੰਡ ਦਾ ਬੰਦਾ ਕੰਮ ਆਇਆ ਮੇਰੇ ਓਕੇ ਥੈਂਕ ਯੂ ਓਕੇ ਓਕੇ ਭਾਜੀ ਅਤੇ ਆਪਣੀ ਇਹਨਾਂ ਨੇ ਕਾਰ ਕੱਢਤੀ ਮੈਂ ਫੇਰ ਤੋਰ ਰਿਹਾ ਔਰ ਚੰਗਾ ਲੱਗ ਰਿਹਾ ਔਰ ਭਰਾਵਾਂ ਨੇ ਬੜੀ ਰਿਸਪੈਕਟ ਕੀਤੀ ਚਾਹ ਪਾਣੀ ਪਿਆਇਆ ਔਰ ਜੱਗੇ ਵਾਲਕੋਂ ਦੇ ਪਿੰਡ ਦੇ ਬੰਦੇ ਆਏ ਕੰਮ ਆਏ ਔਰ ਭਾਅ ਜੀ ਅਤੇ ਔਰ ਮੈਂ ਕਦੇ ਸੋਚਦਾ ਸੀਗਾ ਕਿ ਵੀ ਸਾਨੂੰ ਰਾਈਟਰਾਂ ਨੂੰ ਕੋਈ ਜਾਣਦਾ ਨਹੀਂ ਕੋਈ ਪਹਿਚਾਣਦਾ ਇੱਥੋਂ ਇੱਕ ਪਛਾਣ ਹੀ ਆ ਜਿਹਨੇ ਅੱਜ ਮੈਨੂੰ ਬਚਾਇਆ ਨਹੀਂ ਤਾਂ ਕੋਈ ਪਹਿਲਾਂ ਕੋਈ ਨਹੀਂ ਸੀ ਖੜ੍ਹਾ ਇੱਥੇ ਅਤੇ ਸੋ ਇੱਦਾਂ ਚੱਲਦਾ ਰਹਿਣਾ ਵਾ ਕੰਮ ਹੁਣ ਮਿਲਦੇ ਗਿਲਦੇ ਰਹਾਂਗੇ ਅਤੇ ਧੰਨਵਾਦ ਜੀ ਅਤੇ ਸਾਰੇ ਭਰਾ ਸ਼ੇਅਰ ਕਰਿਆ ਜੀ